ਪੰਜਾਬ ਵਿੱਚ ਇਨੀ ਦਿਨੀ ਪ੍ਰਵਾਸੀ ਮਜ਼ਦੂਰਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੀਆਂ ਕਾਰਵਾਈਆਂ ਨੂੰ ਲੈ ਕੇ ਮਾਹੌਲ ਕਾਫੀ ਭਖਿਆ ਹੋਇਆ ਅਤੇ ਕਈ ਥਾਵਾਂ ਉੱਤੇ ਪ੍ਰਵਾਸੀ ਮਜ਼ਦੂਰ ਪੰਜਾਬੀਆਂ ਦੇ ਨਾਲ ਟਕਰਾਉਂਦੇ ਹੋਏ ਵੀ ਨਜ਼ਰ ਆਏ ਨੇ। ਫਿਲੌਰ ਦੇ ਨਜ਼ਦੀਕੀ ਪਿੰਡ ਨਗਰ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਇੱਕ ਅੰਮ੍ਰਿਤਧਾਰੀ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਦਾੜ੍ਹੀ ਪੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਉੱਥੇ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਵਾਸੀ ਨਗਰ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਦਲੀਪ, ਜੋ ਕਿ ਉਸਦੇ ਭਰਾ ਦਾ ਦਿਹਾੜੀਦਾਰ ਹੈ, ਉਸ ਵੱਲੋਂ ਉਹਨਾਂ ਦੇ ਨਾਲ ਗਾਲੀ ਗਲੋਚ ਕਰਦੇ ਹੋਏ ਹੱਥੋਪਾਈ ਕੀਤੀ ਗਈ ਅਤੇ ਦਾੜ੍ਹੀ ਨੂੰ ਵੀ ਹੱਥ ਪਾਇਆ ਗਿਆ। ਅਮਰਜੀਤ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਦਲੀਪ ਦਾਸ ਉਸਦੇ ਭਰਾ ਦੀ ਸ਼ਹਿ ਉੱਤੇ ਇਹ ਸਾਰਾ ਕੁਝ ਕਰ ਰਿਹਾ ਹੈ। ਇਸ ਘਟਨਾਕ੍ਰਮ ਦੀ ਖਬਰ ਮਿਲਦੇ ਹੀ ਇਲਾਕੇ ਦੀਆਂ ਸਿੱਖ ਸੰਗਤਾਂ ਵਿੱਚ ਰੋਸ ਫੈਲ ਗਿਆ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਪਿੰਡ ਨਗਰ ਵਿੱਚ ਇਕੱਠੀਆਂ ਹੋਣ ਲੱਗੀਆਂ। ਰੋਹ ਵਿੱਚ ਆਈਆਂ ਸੰਗਤਾਂ ਵੱਲੋਂ ਦੋਸ਼ੀ ਵਿਅਕਤੀ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ। ਮੌਕੇ ਉੱਤੇ ਪੁਲਿਸ ਪਾਰਟੀ ਸਮੇਤ ਪਹੁੰਚੇ ASI ਵਿਜੇ ਕੁਮਾਰ ਵੱਲੋਂ ਪ੍ਰਵਾਸੀ ਮਜ਼ਦੂਰ ਨੂੰ ਥਾਣਾ ਫਿਲੌਰ ਵਿਖੇ ਲਿਜਾਇਆ ਗਿਆ। ਪੀੜਿਤ ਵਿਅਕਤੀ ਦੇ ਬਿਆਨਾਂ ਦੇ ਆਧਾਰ ਉੱਤੇ ਪੁਲਿਸ ਨੇ ਪ੍ਰਵਾਸੀ ਮਜ਼ਦੂਰ ਦੇ ਖਿਲਾਫ 4 ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਸਰਦਾਰ ਜੀ, ਕੀ ਨਾਮ ਹੈ ਤੁਹਾਡਾ ਔਰ ਜਿਹੜੀ ਆ ਤੁਹਾਡੇ ਨਾਲ ਘਟਨਾ ਵਾਪਰੀ, ਕੀ ਹੈਗਾ ਸਾਰਾ ਮੈਟਰ? ਮੇਰਾ ਨਾਮ ਅਮਰਜੀਤ ਸਿੰਘ ਹੈ। ਓਕੇ, ਪਿੰਡ ਨਗਰ ਹੈ। ਕੀ ਗੱਲ ਹੋਈ ਸੀ? ਇਹ ਜੀ ਗਾਲਾਂ ਕੱਢਦਾ ਤੇ ਮੇਰੀ ਦਾੜੀ ਨੂੰ ਫੜ ਲਿਆ ਅਣਜਾਣ। ਇਹ ਗਾਲਾਂ ਕਿਉਂ ਕੱਢੀਆਂ? ਗਾਲਾਂ ਜੀ, ਬੱਚਿਆਂ ਦੀ ਘਰ ਲੜਾਈ ਹੋਈ ਸੀਗੀ ਰਾਤ ਦੀ। ਓਕੇ, ਇਹਨਾਂ ਦੀ ਬਾਲ ਸਾਡੇ ਘਰੇ ਆ ਗਈ। ਅੱਛਾ ਜੀ। ਉਹ ਬਾਲ ਰੱਖ ਲਈ ਨਿਆਣਿਆਂ ਨੇ ਤੇ ਇਹ ਕਹਿੰਦਾ ਤੂੰ ਭੈਣ ਚੋਦ ਪਾਉਣ ਹੁੰਦਾ ਹੈ। ਅੱਛਾ, ਇੱਥੋਂ ਆ ਗਾਲਾਂ ਕੱਢੀਆਂ ਜੀ। ਗਾਲਾਂ ਕੱਢਣ ਤੋਂ ਬਾਅਦ ਕੱਢਣ ਦੇ ਇੱਕ ਦੋ ਦਾੜੀ ਫੜ ਲਈ। ਓਕੇ, ਇਹ ਕਿੱਥੋਂ ਦਾ ਬੰਦਾ ਹੈ? ਦੁੱਧ ਡੁੱਲਿਆ ਇੱਥੇ ਦਾ ਯਾਰ, ਪੱਤੇ ਸੀ ਆ ਉਹਦਾ। ਨਸ਼ਾ ਵੀ ਕੋਈ ਕੀਤਾ ਤੁਸੀਂ ਦੱਸਦੇ? ਨਸ਼ਾ ਦਾਰੂ ਪੀਤੀ ਆ ਜੀ। ਹੁਣ ਸਵੇਰੇ ਦਾਰੂ ਪੀਤੀ, ਸਵੇਰੇ ਦਾਰੂ ਪੀਤੀ ਆ ਜੀ। ਪੁਲਿਸ ਨੂੰ ਸੂਚਿਤ ਕਰਦੋ, ਪੁਲਿਸ ਨੂੰ ਸੂਚਿਤ ਕਰਦੋ। ਹਾਂਜੀ, ਕੀ ਚਾਹੁੰਦੇ ਹੋ ਤੁਸੀਂ? ਹੁਣ ਇਨਸਾਫ ਹੋਣਾ ਚਾਹੀਦਾ ਜੀ, ਸਿੱਖਿਆ ਅਸੀਂ। ਓਕੇ, ਕੀ ਨਾਮ ਤੁਹਾਡਾ? ਮੇਰਾ ਨਾਮ ਜਗਜੀਵਨ ਸਿੰਘ। ਸਰ, ਕੀ ਘਟਨਾ ਵਾਪਰੀ ਜਿਹੜੀ ਆ? ਇੱਕ ਸਿੰਘ ਦੀ ਜਿਹੜੀ ਆ ਬੇਅਦਬੀ ਹੋਈ ਆ, ਕਹਿੰਦੇ ਦਾੜੇ ਨੂੰ ਹੱਥ ਪਾਇਆ। ਸਰ, ਇਹ ਬੜੀ ਨਿੰਦਣਯੋਗ ਘਟਨਾ ਆ। ਦਿਨ ਪਰ ਦਿਨ ਇਹ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਇਹਨਾਂ ਧੀਆਂ ਤੇ, ਇੰਨੇ ਕੁ ਹੌਸਲੇ ਵੱਧ ਗਏ ਆ ਤੇ ਇਹ ਛੋਟੀ ਛੋਟੀ ਗੱਲ ਤੋਂ ਮਤਲਬ ਇਸ ਵੇਲੇ ਸਰਦਾਰਾਂ ਦੀਆਂ ਪੱਗਾਂ ਔਰ ਦਾੜੀਆਂ ਨੂੰ ਪੈ ਰਿਹਾ ਹਨਾ। ਇਹੀ ਇੱਕ ਦੁਰਘਟਨਾ, ਇਹਦੀ ਕੋਈ ਬਾਹਲੀ ਵੱਡੀ ਨਹੀਂ ਹੈਗੀ, ਛੋਟੀ ਜਿਹੀ ਗੱਲ ਤੋਂ ਕੋਈ ਬੋਲ ਸੀਗੀ ਉਹਨਾਂ ਦੀ। ਉਹਨਾਂ ਦੇ ਘਰੇ ਗਈ, ਉਹ ਕਿਤੇ ਦੁੱਧ ਪਾਉਂਦੇ ਸੀਗੇ ਤੇ ਉਹ ਦੁੱਧ ਦੇ ਵਿੱਚ ਵੱਜੀ, ਜੋ ਉਹਨਾਂ ਦੇ ਕਹਿਣ ਮੁਤਾਬਕ ਦੁੱਧ ਦੇ ਵਿੱਚ ਵੱਜੀ ਤੇ ਦੁੱਧ ਡੁੱਲ ਗਿਆ। ਉਹਨੇ ਗੁੱਸੇ ਦੇ ਵਿੱਚ ਉਹਨਾਂ ਦੀ ਬੋਲ ਨਹੀਂ ਦਿੱਤੀ ਤੇ ਇਸ ਭਈਏ ਨੇ ਆ ਕੇ ਉਹਨਾਂ ਦੇ ਘਰ ਦੇ ਵਿੱਚ ਗਾਲੀ ਗਲੋਚ ਕੀਤਾ ਕਿ ਤੁਸੀਂ ਕੌਣ ਹੁੰਦੇ ਆ ਸਾਡੀ ਬੋਲ ਰੱਖਣ ਵਾਲੇ, ਤੁਸੀਂ ਐ ਜੇ ਉਹ। ਮਤਲਬ ਇੰਨੀ ਕੁ ਗੱਲ ਤੋਂ ਮਤਲਬ ਵੱਧਦਾ ਵੱਧਦਾ ਗੱਲ ਹੱਥੋਂ ਪਾਈ ਤੱਕ ਮਤਲਬ ਦੱਸਣ ਮੁਤਾਬਕ ਹੋਈ ਕਿ ਮਤਲਬ ਹਨਾ ਤੇ ਮੁੜ ਕੇ ਫਿਰ ਆਹ ਦਾੜੀ ਵਾਲੀ ਬੜੀ ਸ਼ਰਮ ਵਾਲੀ ਗੱਲ ਆ। ਕੀ ਮੰਗ ਕਰਦੇ ਸਾਰੇ ਤੁਸੀਂ ਰੋਡ ਤੇ ਇਕੱਠੇ ਪਿੰਡ ਵਾਸੀ? ਇਹੀ ਆ ਸਾਡੀ ਵੀ ਇਹਨਾਂ ਨੂੰ ਲੰਘਣੇ ਚਾਹੀਦੇ। ਇਹ ਭਈਏ ਪਰ ਇਹਨੇ ਇਹ ਨਹੀਂ ਹੈਗਾ ਇਹ ਨਵਾਂ ਭਈਆ ਆ, ਬਹੁਤ ਦੇਰ ਤੋਂ ਰਹਿ ਰਿਹਾ ਇੱਥੇ। ਇੱਥੇ ਕੀ ਕਰਦਾ ਹੈ ਬੰਦਾ? ਵਿੱਚ ਹੀ ਰਹਿ ਰਿਹਾ ਜੀ। ਕੀ ਕੰਮ ਕਰਦੇ ਇਹ ਜੀ? ਖੇਤੀਬਾੜੀ ਦਾ ਹੀ ਕਰ ਰਿਹਾ। ਦੁਕਾਨ ਵੀ ਸਬਜ਼ੀ ਦੀ ਕਹਿੰਦੇ? ਹਾਂਜੀ, ਇਹਦੇ ਬ੍ਰਦਰ ਦੀ ਦੁਕਾਨ ਆ ਸਬਜ਼ੀ ਦੀ। ਇੱਕ ਤਾਂ ਨਵਾਂ ਹੋਵੇ ਕਹਿਣਾ ਪਤਾ ਨੀ ਪੰਜਾਬ ਬਾਰੇ ਜਾਂ ਕਿੱਦਾਂ ਦੇ ਸਰਦਾਰਾਂ ਦੀ, ਅਕਸਰ ਦਾੜੀ ਆ ਯਾਰ, ਗੱਲ ਥੋੜੋ ਆਵੇ ਦਾੜੀ ਨੂੰ ਮਤਲਬ ਇੱਕ ਭਈਆ ਯਾਰ, ਕਿੱਡੀ ਸਾਰੀ ਸ਼ਰਮ ਵਾਲੀ ਗੱਲ ਆ ਹਨਾ। ਜੋ ਵੀ ਅਸੀਂ ਕਾਨੂੰਨ ਤੋਂ ਮਤਲਬ ਕਹਿੰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਕਹਿਣਾ ਇਹ ਆ ਵੀ ਮੇਰੀ ਸਿਹਤ ਨੀ ਠੀਕ, ਮੈਂ ਤਾਂ ਅੰਦਰ ਪਿਆ, ਪੱਖਾ ਮੇਰਾ ਚੱਲਦਾ, ਮੁੰਡੇ ਨੇ ਮੈਨੂੰ ਠਾਲਿਆ, ਮੁੰਡਾ ਇੱਥੇ ਸੀ, ਉਹ ਕਹਿੰਦਾ ਡੈਡੀ ਬਾਹਰ ਲੜਾਈ ਹੋ ਗਈ, ਮੈਂ ਕਿਹਾ ਤੂੰ ਅੰਦਰ ਹੈ, ਉਹ ਨਹੀਂ ਆਇਆ। ਇਹ ਦੋ ਜਣੇ ਇੱਥੇ ਮੇਰੇ ਦਰਾਂ 'ਚ ਡਿੱਗੇ, ਇੱਕ ਦੂਜੇ ਦੇ ਉੱਤੇ ਥੱਲੇ ਹੋਏ, ਮੈਂ ਇਹਨਾਂ ਨੂੰ ਛਡਾਇਆ, ਮੁੜ ਕੇ ਮੈਂ ਇਹਨਾਂ ਨੂੰ ਕੁਛ ਨਹੀਂ ਕਿਹਾ, ਮੈਂ ਛਡਾ ਦਿੱਤਾ ਬਸ। ਇਹ ਤੁਹਾਡਾ ਨਾਂ ਕਹਿੰਦੇ ਵੀ ਇਹਦੀ ਸ਼ਹਿ ਤੇ ਹੁਣ ਬਈ ਜੀ ਨੇ ਸਾਡੇ ਕੁੱਟ ਮਾਰ ਕੇ? ਕਹਿਣ ਨੂੰ ਤਾਂ ਦੇਖੋ ਜੀ, ਜੋ ਮਰਜ਼ੀ ਕਹੀ ਜਾਣੇ, ਮੇਰਾ ਤਾਂ ਕੋਈ ਰੌਲਾ ਹੀ ਹੈ ਨਹੀਂ, ਮੈਂ ਇੱਥੇ ਰਹਿੰਦਾ, ਇਹ ਪਿੰਡ ਰਹਿੰਦੇ ਆ ਦੋ ਜਣੇ, ਭਈਆ ਵੀ ਪਿੰਡ ਰਹਿੰਦਾ। ਸਿੰਘ ਨਗਰ ਨੇ ਸਲਾਹ ਦਿੱਤੀ ਹੈ ਕਿ ਉਹਦੇ ਭਈਏ ਨੇ ਕੁੱਟ ਮਾਰ ਕੀਤੀ ਹੈ, ਮੌਕੇ ਤੇ ਆਏ ਆ, ਭਈਆ ਫੜ ਕੇ ਲੈ ਕੇ ਚੱਲੇ ਆ। ਕੀ ਵਜ੍ਹਾ ਕੀ ਸੀ ਸਰ? ਕਹਿੰਦੇ ਵੀ ਸਰਦਾਰ ਬੰਦੇ ਦੀ ਦਾੜੀ ਨੂੰ ਹੱਥ ਪਾਇਆ ਇੱਕ ਭਈਏ ਨੇ, ਉਹ ਕੀ ਵਜ੍ਹਾ ਸੀ? ਓਕੇ, ਇਹ ਭਈਆ ਕਾਹਦਾ ਕੰਮ ਕਰਦਾ ਜੀ? ਓਕੇ।